ਵੇਖ ਕੇ ਬਹੁਤ ਸਾਰੇ ਲੋਕ ਗਲਤ ਅੰਦਾਜ਼ਾ ਲਗਾਉਣ ਲੱਗ ਜਾਂਦੇ ਨੇ ਕਿ ਕਿਸਮਤ ਦਾ ਧਨੀ ਹੈ। ਨਹੀਂ, ਉਹਨਾਂ ਦੀ ਕਿਸਮਤ ਪਿੱਛੇ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਹੈ ਲੋਕ ਇਹ ਨਹੀਂ ਦੇਖਦੇ। ਕਈ ਵਾਰ ਲੋਕ ਆਪਣੇ ਘਰੇ ਗੂੜੀ ਨੀਂਦ ਦੇ ਸੁੱਤੇ ਹੁੰਦੇ ਨੇ ਤੇ ਉਹ ਲੋਕ ਆਪਣੀ ਕਲਾ ਦੇ ਨਾਲ, ਆਪਣੀ ਕਲਮ ਦੇ ਨਾਲ ਕੁਝ ਇਹੋ ਜਿਹੀਆਂ ਤੁਕਾਂ ਲਿਖਦੇ ਹੁੰਦੇ ਨੇ ਜਿਹਦੇ ਨਾਲ ਇੱਕ ਉਹ ਕਵਿਤਾ ਦਾ ਰੂਪ ਲੈਂਦੀ ਹੈ। ਤੋ ਕਵਿਤਾ ਦਾ ਰੂਪ ਜਦੋਂ ਲੈਂਦੀ ਹੈ ਤਾਂ ਫਿਰ ਪੂਰੇ ਵਰਲਡ 'ਚ ਛਾ ਜਾਂਦੀਆਂ ਉਹਨਾਂ ਦੀਆਂ ਕਵਿਤਾਵਾਂ। ਕਹਿੰਦੇ ਨੇ ਕਲਮ 'ਚ ਬਹੁਤ ਵੱਡੀ ਤਾਕਤ ਹੈ। ਕਲਮ ਦੇ ਨਾਲ ਲਿਖਿਆ ਗਿਆ ਮਰਨ, ਕਲਮ ਦੇ ਨਾਲ ਲਿਖਿਆ ਗਿਆ ਜੂਨ, ਕਲਮ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ। ਕਲਮ ਬਹੁਤ ਵੱਡੀ ਤਾਕਤ ਹੈ। ਸੋ ਉਸੇ ਕਲਮ ਦੇ ਵਣਜਾਰੇ ਨੇ ਔਰ ਰਚਨਾਵਾਂ ਦੇ ਵਣਜਾਰੇ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਰਚਨਾਵਾਂ ਪੰਜਾਬੀ ਵਿਰਸੇ ਦੀ ਮਾਂ ਦੀ ਝੋਲੀ ਵਿੱਚ ਪਾਈਆਂ ਨੇ। ਅੱਜ ਅਸੀਂ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ। ਆਓ ਕਰਵਾਉਂਦੇ ਹਾਂ ਤੁਹਾਡੀ ਗੱਲਬਾਤ ਆਦਰਨੀ ਸਤਿਕਾਰਯੋਗ ਮੈਡਮ ਸੁਰਜੀਤ ਕੌਰ ਨਾਲ। ਮੈਡਮ ਬਹੁਤ ਬਹੁਤ ਸਵਾਗਤ ਜੀ। ਬਹੁਤ ਬਹੁਤ ਧੰਨਵਾਦ ਕੋਮਲ ਜੀ। ਸਭ ਤੋਂ ਪਹਿਲਾਂ ਮੈਂ ਸੇਂਟ ਸੋਲਜਰ ਸੰਸਥਾ ਦੇ ਚੇਅਰਮੈਨ ਸ਼੍ਰੀਮਾਨ ਅਨਿਲ ਚੋਪੜਾ ਜੀ, ਚੇਅਰਪਰਸਨ ਮੈਡਮ ਸੰਗੀਤਾ ਚੋਪੜਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜੀ ਜੀ, ਜਿਨ੍ਹਾਂ ਨੇ ਮੈਨੂੰ ਅੱਜ ਇਸ ਚੈਨਲ ਰਾਹੀਂ ਆਪ ਜੀ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਅਤੇ ਜੋ ਲਿਖਣ ਦੀ ਕਲਾ ਹੈ ਇਹ ਮੇਰੇ ਬਚਪਨ ਤੋਂ ਮੈਨੂੰ ਵਿਰਾਸਤ ਵਿੱਚ ਮਿਲੀ ਹੈ। ਮੇਰੇ ਨਾਨਾ ਜੀ ਜੋ ਕਲਮ ਦੇ ਧਨੀ ਸਨ ਅਤੇ ਉਹਨਾਂ ਤੋਂ ਮੈਨੂੰ ਇਹ ਪ੍ਰੇਰਨਾ ਲਿਖਣ ਦੀ ਕਲਮੀ ਦਾਤ ਮਿਲੀ ਹੈ ਜੀ। ਤੁਸੀਂ ਕਿੰਨੇ ਉਮਰ ਦੇ ਸੀ ਜਦੋਂ ਤੁਹਾਨੂੰ ਮਤਲਬ ਇਸ ਚੀਜ਼ ਦਾ ਸ਼ੌਂਕ ਜਾਗ ਗਿਆ, ਇਸ ਚੀਜ਼ ਦਾ ਤੁਹਾਨੂੰ ਲੱਗਿਆ ਕਿ ਮੈਨੂੰ ਵੀ ਉਹਨਾਂ ਦੀ ਤਰ੍ਹਾਂ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲਣਾ ਚਾਹੀਦਾ? ਮੈਨੂੰ ਬਚਪਨ ਤੋਂ ਹੀ ਜਦੋਂ ਮੈਂ ਉਹਨਾਂ ਨੂੰ ਸਟੇਜਾਂ 'ਤੇ ਬੋਲਦਿਆਂ ਵੇਖਦੀ ਸੀ ਤਾਂ ਮੇਰੇ ਮਨ ਵਿੱਚ ਇੱਕ ਉਮੰਗ ਸੀ, ਚਾਹ ਸੀ ਕਿ ਮੈਂ ਵੀ ਇਹਨਾਂ ਦੀ ਤਰ੍ਹਾਂ ਕਵਿਤਾ ਨੂੰ ਲਿਖਾਂ ਔਰ ਸਟੇਜ ਦੇ ਉੱਪਰ ਕਵਿਤਾ ਨੂੰ ਬੋਲਾਂ ਜੀ ਜੀ ਜੀ। ਅਤੇ ਇਸ ਦੇ ਨਾਲ ਨਾਲ ਮੈਂ ਬਹੁਤ ਛੋਟੀ ਉਮਰ ਦੇ ਵਿੱਚ 5th-6th ਕਲਾਸ ਵਿੱਚ ਹੀ ਮੈਂ ਆਪਣੀਆਂ ਕਵਿਤਾਵਾਂ ਦੇ ਛੋਟੀਆਂ ਛੋਟੀਆਂ ਕਵਿਤਾਵਾਂ ਦੀਆਂ ਤੁਕਾਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ ਸੀ ਜੀ। ਅਤੇ ਜਿਨ੍ਹਾਂ ਤੋਂ ਫਿਰ ਹੌਲੀ ਹੌਲੀ ਮੈਨੂੰ ਕਵਿਤਾ ਲਿਖਣ ਦੀ ਜਿਹੜੀ ਆ ਉਹ ਚਾਹ ਮਿਲਣੀ ਸ਼ੁਰੂ ਹੋ ਗਈ। ਔਰ ਮੇਰੇ ਨਾਨਾ ਜੀ ਮੈਨੂੰ ਹਮੇਸ਼ਾ ਇੱਧਰ ਕਵਿਤਾ ਲਿਖਣ ਵੱਲ ਪ੍ਰੇਰਿਤ ਕਰਦੇ ਔਰ ਮੇਰੀ ਲਿਖੀਆਂ ਹੋਈਆਂ ਸਤਰਾਂ ਨੂੰ ਉਹ ਸਲਾਉਂਦੇ ਅਤੇ ਹੋਰ ਵਧੀਆ ਲਿਖਣ ਦੀ ਮੈਨੂੰ ਪ੍ਰੇਰਨਾ ਦਿੰਦੇ। ਅਤੇ ਹੌਲੀ ਹੌਲੀ ਮੈਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਜਿੱਥੇ ਕਿ ਵੱਖ ਵੱਖ ਲਿਖਾਰੀਆਂ ਦੀਆਂ ਕਾਰਜਸ਼ਾਲਾ ਲਗਾਈਆਂ ਜਾਂਦੀਆਂ ਸੀ। ਅਤੇ ਉਹਨਾਂ ਕਾਰਜਸ਼ਾਲਾ ਦੇ ਵਿੱਚ ਮੈਨੂੰ ਡਾਕਟਰ ਭੁਪਿੰਦਰ ਕੌਰ ਕਵਿਤਾ ਜੀ, ਡਾਕਟਰ ਹਰੀ ਸਿੰਘ ਜਾਚਕ ਜੀ, ਜਿਨ੍ਹਾਂ ਤੋਂ ਮੈਨੂੰ ਲਿਖਣ ਦੀ ਇੱਕ ਸੇਧ ਮਿਲੀ ਕਿ ਕਿਸ ਤਰ੍ਹਾਂ ਅਸੀਂ ਕਿੱਦਾਂ ਵਿਸ਼ਿਆਂ ਨੂੰ ਲੈਣਾ ਅਤੇ ਕਿਸ ਤਰ੍ਹਾਂ ਅਸੀਂ ਕਵਿਤਾ ਜਿਹੜੀ ਹੈ ਉਹਨੂੰ ਸਟੇਜੀ ਕਵਿਤਾ ਕਿਵੇਂ ਲਿਖਣੀ ਆ, ਕਿਵੇਂ ਬੋਲਣੀ ਆ, ਇਹ ਸਾਰੀਆਂ ਸਾਨੂੰ ਉਹਨਾਂ ਕਾਰਜਸ਼ਾਲਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ। ਤੁਹਾਨੂੰ ਤੁਹਾਡੀ ਕਵਿਤਾ ਦਾ ਜਿਹੜਾ ਰੂਪ ਹੈ ਤੁਹਾਨੂੰ ਤੁਹਾਡੀ ਵਿਰਾਸਤ 'ਚ ਮਿਲਿਆ ਜੀ, ਅਤੇ ਸਭ ਨਾਲ ਜ਼ਿਆਦਾ ਸਹਿਯੋਗ ਤੁਹਾਨੂੰ ਤੁਹਾਡੇ ਨਾਨਾ ਜੀ ਦਾ ਰਿਹਾ? ਕਦੇ ਮੰਮੀ ਡੈਡੀ ਨੇ ਕਿਹਾ ਨਹੀਂ ਕਿ ਪੁੱਤ ਤੂੰ ਇਸੇ ਕੰਮ ਵਿੱਚ ਕਿਉਂ ਤੁਰ ਰਹੀ ਹੈ, ਕੋਈ ਹੋਰ ਕੰਮ ਕਰ ਲੈ? ਇਸ ਦੇ ਵਿੱਚ ਮੇਰੇ ਪਿਤਾ ਕੈਪਟਨ ਰਾਮ ਸਿੰਘ ਜੀ, ਮੇਰੇ ਮਾਤਾ ਸ਼੍ਰੀਮਤੀ ਨਿਰਮਲਜੀਤ ਕੌਰ ਜੀ, ਉਹਨਾਂ ਦੀਆਂ ਅਸੀਸਾਂ ਸਦਕਾ ਮੈਂ ਅੱਜ ਇਸ ਮੁਕਾਮ 'ਤੇ ਪਹੁੰਚੀ ਹਾਂ। ਮੇਰੇ ਪਤੀ ਸਰਦਾਰ ਤਰਲੋਚਨ ਸਿੰਘ ਜੀ, ਜੋ ਹਮੇਸ਼ਾ ਮੇਰੇ ਇਸ ਸਾਹਿਤਕ ਕਾਰਜਾਂ ਵੱਲ ਅਤੇ ਸਾਹਿਤਕ ਸਮਾਗਮਾਂ ਵੱਲ ਜਾਣ ਲਈ ਜਾਂ ਇਹਨਾਂ ਕਵਿਤਾਵਾਂ ਵੱਲੋਂ ਮੇਰੀ ਜ਼ਰੂਰ ਮਦਦ ਕਰਦੇ ਨੇ, ਮੇਰੇ ਨਾਲ ਹਮੇਸ਼ਾ ਸਾਥ ਦਿੰਦੇ ਨੇ। ਮਤਲਬ ਤੁਹਾਨੂੰ ਬਹੁਤ ਜ਼ਿਆਦਾ ਸਹਿਯੋਗ ਤੁਹਾਡੀ ਫੈਮਿਲੀ ਵੱਲੋਂ, ਤੁਹਾਡੇ ਲਾਈਫ ਪਾਰਟਨਰ ਵੱਲੋਂ ਮਿਲਿਆ। ਬੜੀ ਵੱਡੀ ਇਹ ਖੁਸ਼ੀ ਦੀ ਗੱਲ ਹੋ ਜਾਂਦੀ ਆਪਣੇ ਆਪ ਲਈ ਜਦੋਂ ਅਸੀਂ ਕਿਸੇ ਵਰਕ ਨੂੰ ਕੰਮ ਕਰਦੇ ਹਾਂ ਜਾਂ ਕਿਸੇ ਕੰਮ ਦੀ ਸਾਨੂੰ ਸਲਾਹ ਨਾ ਮਿਲਦੀ ਹੈ, ਉਹਦੇ ਵਿੱਚ ਜੇ ਲਾਈਫ ਪਾਰਟਨਰ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੰਦਾ ਤੇ ਮੈਂ ਕਹਿੰਦੀ ਹਾਂ ਜ਼ਿੰਦਗੀ ਉਤਾਰੂ ਹੋ ਜਾਂਦੀ ਹੈ, ਜ਼ਿੰਦਗੀ ਚੱਲਣ ਲੱਗ ਜਾਂਦੀ ਹੈ। ਇਹ ਜ਼ਿੰਦਗੀ ਦੇ ਦੋ ਪਹੀਏ ਨੇ, ਜਦੋਂ ਦੋ ਪਹੀਏ ਇੱਕ ਲੀਹ ਤੇ ਤੁਰਦੇ ਨੇ ਤੇ ਫਿਰ ਮੈਂ ਕਹਿੰਦੀ ਹਾਂ ਜ਼ਿੰਦਗੀ ਵਾਕਈ ਕਾਮਯਾਬ ਬਣਦੀ ਹੈ। ਤੁਸੀਂ ਸਾਨੂੰ ਆਪਣੇ ਬਾਰੇ ਦੱਸੋ, ਤੁਸੀਂ ਪਹਿਲੀ ਕਵਿਤਾ ਕਿੱਥੇ ਬੋਲੀ? ਸਭ ਤੋਂ ਪਹਿਲਾਂ ਮੈਂ ਕਵਿਤਾ ਆਪਣੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿੱਚ ਸਮਾਗਮਾਂ ਦੇ ਵਿੱਚ ਮੇਰੀ ਸ਼ੁਰੂਆਤ ਹੋਈ ਹੈ ਜੀ। ਅਤੇ ਉਸ ਤੋਂ ਪਹਿਲਾਂ ਮੈਂ ਆਪਣੇ ਕਾਲਜ ਸਮੇਂ ਦੇ ਵਿੱਚ ਮੈਂ ਕ੍ਰੀਏਟਿਵ ਰਾਈਟਰ ਦੇ ਕੰਪੀਟੀਸ਼ਨ ਦੇ ਵਿੱਚ ਵੀ ਮੈਂ ਭਾਗ ਲਿਆ ਔਰ ਜਿਹਦੇ ਵਿੱਚ ਯੂਥ ਪੰਜਾਬ ਯੂਨੀਵਰਸਿਟੀ ਦੇ ਜੋ ਯੂਥ ਫੈਸਟੀਵਲ ਹੁੰਦੇ ਸੀ ਉਹਨਾਂ ਵਿੱਚ ਵੀ ਮੈਨੂੰ ਮੋਹਰੀ ਸਥਾਨ ਮਿਲੇ ਹੈਗੇ ਜੀ। ਹੁਣ ਤੱਕ ਤੁਸੀਂ ਮਤਲਬ ਬਹੁਤ ਸਮਾਂ ਹੋ ਗਿਆ ਤੁਹਾਨੂੰ ਇਸ ਲਾਈਨ ਦੇ ਵਿੱਚ ਵਰਕ ਕਰਦੇ ਹਾਂ, ਲਿਖਣੀ ਲਿਖਦੇ ਹਾਂ, ਕੋਈ ਐਸਾ ਸਮਾਂ ਆਇਆ ਕਿ ਜਦੋਂ ਕੋਈ ਤੁਸੀਂ ਕਵਿਤਾ ਲਿਖਦੇ ਹੋ ਤੇ ਤੁਹਾਡੇ ਮਨ 'ਚ ਆ ਗਿਆ ਹੋਵੇ ਕਿ ਮੈਂ ਮਾਂ ਪ੍ਰਤੀ ਲਿਖਾਂ ਜਾਂ ਕਿਸੇ ਇਹੋ ਜਿਹੀ ਸਿਚੁਏਸ਼ਨ ਨੂੰ ਲੈ ਕੇ ਲਿਖਾਂ ਜੋ ਦੁਨੀਆ ਦੇ ਰੂਬਰੂ ਆਏ? ਜੀ, ਮੈਂ ਕਵਿਤਾ ਦੇ ਜਿਹੜੇ ਵਿਸ਼ੇ ਆ, ਜਦੋਂ ਵੀ ਅਸੀਂ ਕਿਸੇ
घटना वेखते हाँ जा कोई साढ़े कोई डूंगा किसी चीज़ के बारे सोचते हाँ तो वो ख्याल साढ़े मन के एक अमिट छाप छड़ जाता है तो उस ख्याल फिर जो असं लफ्जों का रूप देंदे हाँ तो सत्रा का रूप देंदे हाँ वो एक कविता जी सोहनी जी करतो दी हो जाती है जी, 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 जी। ਤੁਸੀਂ ਸਾਨੂੰ ਕੋਈ ਆਪਣੀ ਪਿਆਰੀ ਜੀ ਆਪਣੇ ਦਿਲ ਦੀ ਜਿਹੜੀ ਤੁਸੀਂ ਕਵਿਤਾ ਦਿਲੋਂ ਲਿਖੀ ਹਰ ਵੈਸੇ ਤੁਸੀਂ ਹਰ ਕਵਿਤਾ ਦਿਲੋਂ ਲਿਖਦੇ ਹੋ ਕੋਈ ਇਹੋ ਜਿਹੀ ਕਵਿਤਾ ਹੁੰਦੀ ਜੋ ਦਿਲ ਦੇ ਵਿੱਚ ਘਰ ਕਰ ਜਾਂਦੀ ਹੈ ਜੀ ਮੰਨ ਲਓ ਅਸੀਂ ਵੀ ਮਾਂ ਪ੍ਰਤੀ ਕੁਝ ਲਿਖਦੇ ਹਾਂ ਜੀ ਉਹ ਜ਼ਰੂਰ ਤੁਸੀਂ ਸੁਣਾਓ ਜੀ ਜ਼ਰੂਰ ਜੀ ਜੀ ਮੈਂ ਕਵਿਤਾ ਮਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਕੋਈ ਲੱਖ ਘਰ ਤਾਂ ਘਰ ਘਰ ਬੈਠੇ ਜਾਂ ਖੜ ਸਾਵੇਂ ਮੈਨੂੰ ਤੇਰੇ ਤੋਂ ਵੱਧ ਕੇ ਕੋਈ ਸੋਹਣਾ ਲੱਗਦਾ ਨਹੀਂ ਮਨ ਮੋਹ ਲੈਂਦੀ ਤੇਰੀਆਂ ਯਾਦਾਂ ਦੀ ਤਾਣੀ ਤੇਰੇ ਮੁਖੜੇ ਤੋਂ ਵੱਧ ਕੇ ਕੋਈ ਮੋਹਣਾ ਲੱਗਦਾ ਨਹੀਂ ਮਾਂ ਰਬੜ ਦੀ ਉਹ ਮੂਰਤ ਜੋ ਢਲ ਜਾਂਦੀ ਹਰ ਸੂਰਤ ਮਾਂ ਤੂੰ ਲੱਖਾਂ ਹੀ ਝਿੜਕਾਂ ਭਾਵੇਂ ਝਿੜਕ ਲਵੇਂ ਕੁੱਟ ਕੁੱਟ ਕੇ ਹੰਝੂ ਹਾੜਾ ਭਾਵੇਂ ਰਿੜਕ ਲਵੇਂ ਫਿਰ ਵੀ ਮੁੜ ਤੇਰੀ ਹੀ ਗੋਦੀ ਵਰਦੇ ਸਾਂ ਅੰਤਾਂ ਦੇ ਸਕੂਨ ਜੇ ਹੜ ਵਿੱਚ ਹੜਦੇ ਸਾਂ ਤੂੰ ਅੱਤ ਦੀ ਕੌੜੀ ਹੋ ਕੇ ਵੀ ਮਿੱਠੀ ਲੱਗਦੀ ਹੈ ਕਿ ਬੱਚਿਆਂ ਨੂੰ ਜਦੋਂ ਮਾਂ ਡਾਂਟਦੀ ਆ ਤਾਂ ਉਹਨੂੰ ਲੱਗਦਾ ਕਿ ਕੌੜੀ ਆ ਸਾਡੇ ਲਈ ਤੂੰ ਅੱਤ ਦੀ ਕੌੜੀ ਹੋ ਕੇ ਵੀ ਮਿੱਠੀ ਲੱਗਦੀ ਸੀ ਰੱਬ ਵੱਲੋਂ ਭੇਜੀ ਕੋਈ ਸੋਹਣੀ ਚਿੱਠੀ ਲੱਗਦੀ ਸੀ ਤੇਰੇ ਪਿੰਡੇ ਦੀ ਮਹਿਕ ਕਿਤੇ ਅਤਰਾਂ ਤੋਂ ਮਹਿੰਗੀ ਤੇਰੇ ਪਿੰਡੇ ਦੀ ਮਹਿਕ ਕਿਤੇ ਅਤਰਾਂ ਤੋਂ ਮਹਿੰਗੀ ਤੇਰੀ ਭਿੱਜੀ ਪਸੀਨੇ ਨਾਲ ਵੀ ਗੋਦੀ ਚੰਗੀ ਲੱਗਦੀ ਸੀ ਜੇ ਮੈਂ ਨਾ ਹੋਵਾਂ ਠੀਕ ਉਹਨੂੰ ਕੁਝ ਚੰਗਾ ਲੱਗਦਾ ਨਾ ਅੰਦਰੋਂ ਅੰਦਰੀ ਉਹਨੂੰ ਕੋਈ ਰੰਗ ਵੀ ਫੱਬਦਾ ਨਾ ਤਰਲੋ ਮੱਛੀ ਹੁੰਦੀ ਰਹਿੰਦੀ ਮੇਰੀਆਂ ਲੈਣ ਬੁਲਾਵਾਂ ਨੂੰ ਸਦਕੇ ਜਾਵਾਂ ਮਾਂ ਮੈਂ ਤੇਰੇ ਲਾਡ ਲਡਾਵਾਂ ਨੂੰ ਵਾਹ ਵਾਹ ਕੀ ਬਾਤ ਹੈ ਬਹੁਤ ਹੀ ਪਿਆਰਾ ਔਰ ਬਹੁਤ ਹੀ ਦਿਲ ਟੁਕਵਾ ਲਿਖਿਆ ਤੁਸੀਂ ਮਾਂ ਦੇ ਪ੍ਰਤੀ ਜਿੰਨਾ ਵੀ ਲਿਖਿਆ ਜਾਵੇ ਉਨਾ ਥੋੜਾ ਜੀ ਹੁਣ ਤਾਂ ਤੁਸੀਂ ਕਿਹੜੇ ਕਿਹੜੇ ਵਿਸ਼ੇ 'ਤੇ ਰਚਨਾਵਾਂ ਲਿਖ ਚੁੱਕੇ ਹੋ ਮੈਂ ਜ਼ਿਆਦਾ ਕਰਕੇ ਧਾਰਮਿਕ ਵਿਸ਼ਿਆਂ 'ਤੇ ਕੁਦਰਤ ਨਾਲ ਸੰਬੰਧਿਤ ਔਰ ਵੱਖ ਵੱਖ ਜਿਹੜੇ ਸਾਡੇ ਕੋਲ ਕਦਰ ਛੋਟੇ ਛੋਟੇ ਜਿਹੜੇ ਹੋਰ ਵਿਸ਼ੇ ਨੇ ਇਸ ਤੋਂ ਇਲਾਵਾ ਜਿਹੜੇ ਸਾਨੂੰ ਸਾਡੇ ਸਮਾਜਿਕ ਜੀਵਨ ਦੇ ਵਿੱਚ ਸਾਡੇ ਲਈ ਜ਼ਰੂਰੀ ਹੈਗੇ ਨੇ ਔਰ ਇਤਿਹਾਸ ਨਾਲ ਸੰਬੰਧਿਤ ਜਿਹੜੇ ਅਸੀਂ ਵਿਸ਼ੇ ਨੂੰ ਮੈਂ ਛੋ ਚੁੱਕੀ ਹਾਂ ਜੀ 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 ਹਾਂਜੀ ਅਸੀਂ ਕੋਈ ਵੀ ਕੰਮ ਕਰਦੇ ਹਾਂ ਜਾਂ ਅਸੀਂ ਲੇਖ ਲਿਖਦੇ ਹਾਂ ਉਹਦੇ ਵਿੱਚ ਅਸੀਂ ਕੁਦਰਤ ਪ੍ਰਤੀ ਲਿਖਦੇ ਹਾਂ ਆਪਣੀ ਫੈਮਿਲੀ ਨੂੰ ਸਨਮੁੱਖ ਰੱਖ ਕੇ ਲਿਖਦੇ ਹਾਂ ਕੁਛ ਤੁਸੀਂ ਕੁਦਰਤ ਨੂੰ ਮਤਲਬ ਵਾਸਤਾ ਰੱਖ ਕੇ ਕੋਈ ਰਚਨਾ ਲਿਖੀ ਹੋਵੇ ਹਾਂਜੀ ਜ਼ਰੂਰ ਜੀ ਕੁਦਰਤ ਜਿਸ ਤਰ੍ਹਾਂ ਸਾਉਣ ਮਹੀਨੇ ਦੇ ਵਿੱਚ ਸਾਡਾ ਜੋ ਸਮਾਂ ਹੈਗਾ ਸਾਉਣ ਮਹੀਨੇ ਦੇ ਵਿੱਚ ਕੁਦਰਤ ਮੌਲਦੀ ਆ ਜੀ ਬਿਲਕੁਲ ਅਤੇ ਉਸ ਉਸ ਮੌਲਦੀ ਹੋਈ ਕੁਦਰਤ ਉਸ ਸਾਉਣ ਮਹੀਨੇ ਦੇ ਬਾਰੇ 'ਚ ਮੈਂ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਜੀ ਸਮੁੰਦਰ ਦਾ ਸੁਨੇਹਾ ਜਦ ਸਾਵਣ ਨੂੰ ਆਇਆ ਧਰਤੀ ਦਾ ਵੀ ਚਿਹਰਾ ਖਿੜਿਆ ਅੰਬਰ ਵੀ ਮੁਸਕਾਇਆ ਵਾਹ ਕੀ ਬਾਤ ਹੈ ਬੂੰਦ ਬੂੰਦ ਨੂੰ ਬੰਬੀਹਾ ਤਰਸੇ ਪਿਆ ਫੁੱਲ ਬੂਟਾ ਕੁਮਲਾਇਆ ਤਪਦੀਆਂ ਲੂਹਾਂ ਅੱਗ ਵਧਾਵਣ ਹਰ ਚਿਹਰਾ ਪਿਆ ਮੁਰਝਾਇਆ ਕੁੰਮਲਾਉਂਦੀ ਸਾਰੀ ਕਾਇਨਾਤ ਵੇਖ ਕੇ ਤਰਸ ਕਾਦਰ ਨੂੰ ਆਇਆ ਸੁਣ ਸੁਨੇਹਾ ਕਾਦਰ ਦਾ ਸਾਵਣ ਨੇ ਮੀਂਹ ਵਰਸਾਇਆ ਆਇਆ ਸਾਵਣ ਨਾਲ ਬਹਾਰਾਂ ਮੌਲਿਆ ਚਾਰ ਚੁਫੇਰਾ ਘੋੜ ਘਟਾਵਾਂ ਚੜ ਚੜ ਆਵਣ ਹੋ ਜਾਂਦਾ ਦਿਨੇ ਹਨੇਰਾ ਬੱਦਲਾਂ ਨੇ ਜਦ ਘੇਰਾ ਪਾਇਆ ਮੋਰ ਕੂਕਣ ਪਹਿਲਾਂ ਪਾਈਆਂ ਬੰਜਰ ਖੇਤ ਹਰਿਆਲੇ ਹੋ ਗਏ ਹਰ ਚਿਹਰੇ ਤੇ ਰੌਣਕਾਂ ਆਈਆਂ ਸੋ ਸੁਰਜੀਤ ਕੌਰ ਨੇ ਜੋ ਵੀ ਲਿਖਿਆ ਬਾ ਕਮਾਲ ਲਿਖਿਆ ਬੜਾ ਹੀ ਸੋਹਣਾ ਤੇ ਬੜਾ ਹੀ ਖੂਬਸੂਰਤ ਲਿਖਿਆ ਅਸੀਂ ਉਹਨਾਂ ਤੋਂ ਪੁੱਛਾਂਗੇ ਕਵਿਤਾਵਾਂ ਦੇ ਨਾਲ ਨਾਲ ਉਹਨਾਂ ਨੇ ਨਾਟਕ ਰੱਖਣ 'ਚ ਵੀ ਰੁਚੀ ਰੱਖੀ ਹਾਂਜੀ ਮੈਮ ਕਵਿਤਾਵਾਂ ਲਿਖਣ ਦੇ ਨਾਲ ਨਾਲ ਮੈਨੂੰ ਇੱਕ ਨਾਟਕ ਲਿਖਣ ਦਾ ਵੀ ਬਹੁਤ ਸ਼ੌਂਕ ਸੀ ਜਿਸ ਤਰ੍ਹਾਂ ਮੈਂ ਸਕੂਲ ਦੇ ਵਿੱਚ ਬੱਚਿਆਂ ਨੂੰ ਨਾਟਕ ਜਿਹੜਾ ਹੈਗਾ ਉਹ ਆਪਣੇ ਖਿਲਵਾਉਣਾ ਔਰ ਉਹਨੂੰ ਪਲੇ ਕਰਨਾ ਮੇਰਾ ਆਪਣਾ ਇੱਕ ਨਾਟਕ ਲਿਖਿਆ ਹੋਇਆ ਸੀ ਕਿ ਕੌਣ ਜ਼ਿੰਮੇਵਾਰ ਜੀ ਕਿ ਜੋ ਸਮਾਜਿਕ ਸਮੱਸਿਆਵਾਂ ਨੂੰ ਕ੍ਰੀਏਟ ਕਰਨ ਦੇ ਵਿੱਚ ਜ਼ਿੰਮੇਵਾਰ ਕੌਣ ਹੈ ਅਸੀਂ ਖੁਦ
ਕਿ ਕੋਈ ਹੋਰ ਇਹੋ ਜਿਹੇ ਵਿਸ਼ਿਆਂ ਨੂੰ ਸੰਬੰਧਿਤ ਮੇਰਾ ਕੌਣ ਜ਼ਿੰਮੇਵਾਰ ਜਿਹੜਾ ਉਹ ਮੇਰਾ ਨਾਟਕ ਜਿਹੜਾ ਪਲੇਅ ਵੀ ਹੋਇਆ ਸੀ ਜੀ। ਹੁਣ ਤੱਕ ਤੁਸੀਂ ਕਿਸ ਕਿਸ ਜਗ੍ਹਾ ਪਰਫੋਰਮ ਕਰ ਚੁੱਕੇ ਹੋ, ਆਪਣੀਆਂ ਕਵਿਤਾਵਾਂ ਕਿੱਥੇ ਕਿੱਥੇ ਬੋਲ ਚੁੱਕੇ ਹੋ ਅਤੇ ਕੀ ਅਚੀਵ ਕੀਤਾ ਹੈ ਉਹ ਜ਼ਰੂਰ ਦੱਸੋ ਜੀ। ਹੁਣ ਤੱਕ ਜਿਹੜੀਆਂ ਆਪਣੀਆਂ ਕਵਿਤਾਵਾਂ ਆ ਉਹ ਵੱਖ ਵੱਖ ਸਾਹਿਤਕ ਸਟੇਜਾਂ ਦੇ ਉੱਤੇ ਆਪਣੀਆਂ ਕਵਿਤਾਵਾਂ ਬੋਲ ਚੁੱਕੀ ਹਾਂ ਅਤੇ ਉਸ ਦੇ ਨਾਲ ਨਾਲ ਧਾਰਮਿਕ ਸਟੇਜਾਂ 'ਤੇ ਇਤਿਹਾਸਿਕ ਕਵੀ ਦਰਬਾਰਾਂ ਵਿੱਚ ਵੀ ਆਪਣੀ ਹਾਜ਼ਰੀ ਲਗਵਾ ਚੁੱਕੀ ਹਾਂ। ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਦੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ, ਤਖ਼ਤ ਸ਼੍ਰੀ ਅਨੰਦਪੁਰ ਸਾਹਿਬ ਅਤੇ ਇਸ ਦੇ ਨਾਲ ਨਾਲ ਕਵੀਆਂ ਦਾ ਗੜ੍ਹ ਜੋ ਹੈ ਪੌਂਡਾ ਸਾਹਿਬ ਵਿਖੇ ਕਵਿਤਾ ਬੋਲਣ ਦਾ ਜਿਹੜਾ ਉਹ ਮੈਨੂੰ ਸੁਭਾਗ ਮਿਲਿਆ, ਇਹ ਮੇਰੇ ਲਈ ਬਹੁਤ ਹੀ ਖੁਸ਼ੀ ਅਤੇ ਮਾਣ ਦੀ ਗੱਲ ਸੀ। ਔਰ ਇਸ ਦੇ ਨਾਲ ਨਾਲ ਦੂਰਦਰਸ਼ਨ ਜਲੰਧਰ ਔਰ ਫਤਿਹ ਟੀ ਵੀ ਚੈਨਲ ਅਤੇ ਹੋਰ ਜਿਹੜੇ ਸਾਡੇ ਪ੍ਰਾਈਵੇਟ ਚੈਨਲ 'ਤੇ ਸਮੇਂ ਸਮੇਂ 'ਤੇ ਮੈਨੂੰ ਆਪਣੀਆਂ ਕਵਿਤਾਵਾਂ ਰਚਨਾਵਾਂ ਬੋਲਣ ਦਾ ਮੌਕਾ ਮਿਲਿਆ ਔਰ ਆਕਾਸ਼ਵਾਣੀ ਜਲੰਧਰ ਜਿਹੜਾ ਉੱਥੇ ਵੀ ਮੈਨੂੰ ਆਪਣੀਆਂ ਕਵਿਤਾਵਾਂ ਸੁਣਾਉਣ ਦਾ ਜਿਹੜਾ ਸੁਭਾਗ ਮੌਕਾ ਮਿਲਿਆ। ਇਸ ਦੇ ਨਾਲ ਨਾਲ ਇੰਟਰਨੈਸ਼ਨਲ ਪੱਧਰ ਦੇ ਉੱਪਰ ਵੀ ਮੈਨੂੰ ਆਪਣੀਆਂ ਰਚਨਾਵਾਂ ਬੋਲਣ ਦਾ ਮੌਕਾ ਮਿਲਿਆ ਜੀ। ਅਤੇ ਅਸੀਂ ਮੈਮ ਤੋਂ ਜ਼ਰੂਰ ਪੁੱਛਾਂਗੇ ਕਿ ਉਹਨਾਂ ਨੂੰ ਕੁਝ ਗਾਇਕੀ ਦਾ ਵੀ ਸ਼ੌਂਕ ਹੈ ਜੀ। ਜਿਹੜੀ ਕਵਿਤਾ ਮੈਂ ਤਰੰਨਮ ਦੇ ਵਿੱਚ ਮੈਂ ਆਪਣੀਆਂ ਜਿਹੜੀਆਂ ਕੁਝ ਰਚਨਾਵਾਂ ਲਿਖ ਚੁੱਕੀ ਹਾਂ ਅਤੇ ਸਭ ਤੋਂ ਵਧੀਆ ਜਿਹੜੀ ਮੈਨੂੰ ਤਰੰਨਮ ਦੀ ਕਵਿਤਾ ਹੈ ਉਹ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਜੀ, ਉਹਨਾਂ ਦੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਇਹ ਆਪਣੀ ਇੱਕ ਤਰੰਨਮ ਦੇ ਵਿੱਚ ਕਵਿਤਾ ਲਿਖੀ ਸੀ ਅਤੇ ਜੇ ਉਹ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਜਦੋਂ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਾਇਆ ਗਿਆ ਸੀ ਅਤੇ ਉਸ ਸਮੇਂ ਦਾ ਜਿਹੜਾ ਦ੍ਰਿਸ਼ ਇਸ ਆਪਣੀ ਕਵਿਤਾ ਰਾਹੀਂ ਮੈਂ ਸਾਂਝਾ ਕੀਤਾ ਹੈ ਜੀ। ਮੇਰੀ ਕਵਿਤਾ ਦਾ ਵਿਸ਼ਾ ਹੈ ਲਾਲਾਂ ਨੂੰ ਸਤਾਓ ਨਾ, ਪਾਪ ਲੱਗੂ ਪਾਪੀਓ ਏ, ਪਾਪ ਲੱਗੂ ਪਾਪੀਓ ਏ, ਜ਼ੁਲਮ ਕਮਾਓ ਨਾ, ਦੇ ਤਸੀਹੇ ਤੁਸੀਂ ਲਾਲਾਂ ਨੂੰ ਸਤਾਓ ਨਾ, ਦੇ ਤਸੀਹੇ ਬੱਚਿਆਂ ਦੀ ਸੋਚ ਬੜੀ ਸੱਚੀ ਸੁੱਚੀ ਲੱਗਦੀ, ਸੂਬੇ ਆਵੇ ਕਿਉਂ ਨੀ ਤੇਰੇ ਮਨ ਨੂੰ ਜੱਚਦੀ, ਬੱਚਿਆਂ ਦੀ ਸੋਚ ਬੜੀ ਸੱਚੀ ਸੁੱਚੀ ਲੱਗਦੀ, ਸੂਬੇ ਆਵੇ ਕਿਉਂ ਨੀ ਤੇਰੇ ਮਨ ਨੂੰ ਜੱਚਦੀ, ਫਤਵੇ ਸੁਣਾ ਝੂਠੇ, ਫਤਵੇ ਸੁਣਾ ਝੂਠੇ, ਮੌਤ ਲਈ ਉਕਸਾਓ ਨਾ, ਪਾਪ ਲੱਗੂ ਪਾਪੀਓ ਏ, ਜ਼ੁਲਮ ਕਮਾਓ ਨਾ, ਦੇ ਤਸੀਹੇ ਤੁਸੀਂ ਲਾਲਾਂ ਨੂੰ ਸਤਾਓ ਨਾ, ਪਾਪ ਲੱਗੂ ਪਾਪੀਓ ਏ, ਜ਼ੁਲਮ ਕਮਾਓ ਨਾ। ਜਿਹਦੀ ਜ਼ੁਬਾਨ ਉੱਤੇ ਫਤਿਹ ਉਹਦੀ ਹਰ ਮੈਦਾਨ ਉੱਤੇ ਫਤਿਹ। ਸੋ ਇਹ ਤੁਰੰਨੂ ਬੜੇ ਹੀ ਪਿਆਰ ਦੇ ਨਾਲ, ਬੜੇ ਹੀ ਲਹਿਜ਼ੇ ਦੇ ਸ਼ਬਦਾਂ ਦੇ ਨਾਲ ਸਾਨੂੰ ਮੈਮ ਨੇ ਸੁਣਾਇਆ। ਅਸੀਂ ਜੀ ਕਰਦਾ ਹੋਰ ਸੁਣੀ ਜਾਈਏ ਪਰ ਕੀ ਕਰੀਏ, ਸਮਾਂ ਇਜਾਜ਼ਤ ਨਹੀਂ ਦਿੰਦਾ। ਪਰ ਜਾਂਦੇ ਜਾਂਦੇ ਇੱਕ ਹੋਰ ਉਹਨਾਂ ਦੇ ਆਪਣੇ ਮਨ ਦਾ ਤੁਰੰਨੂ ਜ਼ਰੂਰ ਸੁਣਾਂਗੇ। ਕੋਈ ਮੇਰੀ ਇੱਕ ਤੁਰੰਨਮ ਦੀ ਕਵਿਤਾ ਜੰਗ ਤੇ ਅਮਨ, ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ। ਜੰਗ ਅਮਨਾ ਦੀ ਗੱਲ ਜੇ ਛੇੜਾ, ਕਿੱਡਾ ਦਿਲ ਪੱਥਰ ਦਾ ਜੇਰਾ, ਜੰਗ ਅਮਨਾ ਦੀ ਗੱਲ ਜੇ ਛੇੜਾ, ਕਿੱਡਾ ਦਿਲ ਪੱਥਰ ਦਾ ਜੇਰਾ, ਖੂਨ ਦੀਆਂ ਨੇ ਨਦੀਆਂ ਵਗੀਆਂ, ਖੂਨ ਦੀਆਂ ਨੇ ਨਦੀਆਂ ਵਗੀਆਂ, ਜੰਗਾਂ ਦੇ ਵਿੱਚ ਤੋਪਾਂ ਸਜੀਆਂ, ਸੁਣ ਹੋ ਗਈਆਂ ਹਵਾਵਾਂ, ਕੀ ਹਾਲ ਹੈ ਇਹਨਾਂ ਜੰਗਾਂ ਦਾ, ਕਿੰਜ ਆਖ ਕੇ ਮੈਂ ਸੁਣਾਵਾਂ, ਮਾਹਵਾਂ ਕੋਲੋਂ ਪੁੱਤਰ ਵਿਛੜੇ, ਸਾਕ ਸੰਬੰਧੀ ਸਭ ਨਾ ਨਿਖੜੇ, ਲਾਹੜਾ ਰੰਗੇ ਹੱਥ
ਹੱਥੀ ਤੁਰਿਆ ਲਾਹੜਾ ਰੰਗੇ ਹੱਥੀ ਤੁਰਿਆ ਭੁੱਲ ਗਿਆ ਫੇਰੇ ਲਾਵਾਂ ਕੀ ਹਾਲ ਹੈ ਇਹਨਾਂ ਜੰਗਾਂ ਦਾ ਕਿੰਜ ਆਖ ਕੇ ਮੈਂ ਸੁਣਾਵਾਂ ਸੋ ਮੈਮ ਨੂੰ ਪੁੱਛਾਂਗੀ ਘਰ ਦੇ ਕੰਮ ਤੋਂ ਇਲਾਵਾ ਲੇਖ ਤੋਂ ਲਿਖਦੇ ਨੇ ਪਰ ਉਹ ਇਸ ਤੋਂ ਇਲਾਵਾ ਹੋਰ ਕੀ ਕਰਦੇ ਨੇ ਕੀ ਉਹਨਾਂ ਦੀ ਐਕਟੀਵਿਟੀਜ਼ ਹੈ ਪਲੀਜ਼ ਸਾਡੇ ਨਾਲ ਸ਼ੇਅਰ ਕਰੋ ਹਾਂਜੀ ਲਿਖਣ ਦੇ ਨਾਲ ਨਾਲ ਘਰ ਦੇ ਕੰਮ ਦੇ ਨਾਲ ਨਾਲ ਮੈਂ ਇੱਕ ਅਧਿਆਪਕਾ ਵਜੋਂ ਸੇਵਾਵਾਂ ਨਿਭਾ ਰਹੀ ਹਾਂ ਸੈਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਭੋਗਪੁਰ ਦੇ ਵਿੱਚ 2007 ਤੋਂ ਮੈਂ ਉਸ ਸਕੂਲ ਦੇ ਵਿੱਚ ਆਪਣੀਆਂ ਸੇਵਾਵਾਂ ਜਿਹੜੀਆਂ ਐਸੇ ਟੀਚਰ ਵਜੋਂ ਨਿਭਾ ਰਹੀ ਹਾਂ ਅਤੇ ਇਸ ਦੇ ਨਾਲ ਨਾਲ ਆਪਣੀਆਂ ਸਾਹਿਤਕ ਕਾਰਜ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਸਫਲਤਾਪੂਰਵਕ ਨਿਭਾ ਰਹੀ ਹਾਂ ਜੀ ਅਤੇ ਜਿਹੜੀ ਤੁਹਾਡੀ ਬੁੱਕ ਆ ਰਹੀ ਹੈ ਬੁੱਕ ਬਾਰੇ ਪਲੀਜ਼ ਥੋੜ੍ਹਾ ਜਾਣਨਾ ਪਾਓ ਬੁੱਕ ਮੇਰੀ ਪ੍ਰਿੰਟ ਅਧੀਨ ਸੀ ਅਤੇ ਹੁਣ ਮੇਰੀ ਉਸ ਬੁੱਕ ਨੂੰ ਜੋ ਛਪਾਈ ਦੇ ਅਧੀਨ ਚੱਲ ਰਹੀ ਸੀ ਔਰ ਬਹੁਤ ਜਲਦੀ ਹੁਣ ਉਹ ਪਾਠਕਾਂ ਦੇ ਹੱਥ ਵਿੱਚ ਹੋਏਗੀ ਅਤੇ ਉਹ ਅੰਤਿਮ ਪੜਾਅ ਵੱਲ ਹੈ ਅਤੇ ਉਸ ਕਿਤਾਬ ਦਾ ਮੁੱਖ ਬੰਧ ਜਿਹੜਾ ਹੈ ਉਹ ਮੇਰੇ ਲਈ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਸੰਸਥਾ ਦੇ ਚੇਅਰਮੈਨ ਸ਼੍ਰੀ ਅਨਿਲ ਚੋਪੜਾ ਜੀ ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਜੀ ਉਹ ਇਸ ਬੁੱਕ ਨੂੰ ਮੁੱਖ ਬੰਧ ਦੇਣਗੇ ਮੁੱਖ ਬੰਧ ਲਿਖਣਗੇ ਇਹ ਮੇਰੇ ਲਈ ਬਹੁਤ ਵੱਡਾ ਸੁਭਾਗ ਹੈ ਮੈਂ ਦਿਲੋਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਇਸ ਮਾਣ ਦੇ ਲਈ ਇਸ ਮਾਣ ਨੂੰ ਬਖਸ਼ ਇਸ ਬਖਸ਼ਿਸ਼ ਦੇ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਡਾਇਰੈਕਟਰ ਅਮਰੀਕ ਸਿੰਘ ਮਨਹਾਸ ਜੀ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਣ ਦਾ ਮੌਕਾ ਦਿੱਤਾ ਔਰ ਇਸ ਸੰਸਥਾ ਦੇ ਮਿਊਜ਼ੀਕਲ ਡਾਇਰੈਕਟਰ ਪੀ ਸੀ ਰਾਓ ਰਾਜਪੂਤ ਜਿਨ੍ਹਾਂ ਸਦਕਾ ਮੈਂ ਅੱਜ ਆਪ ਜੀ ਦੇ ਨਾਲ ਰੂਬਰੂ ਹੋਈ ਹਾਂ ਜੀ ਸੋ ਦੋਸਤੋ ਇਹ ਸਨ ਸਾਡੇ ਨਾਲ ਮੈਡਮ ਸੁਰਜੀਤ ਕੌਰ ਜੀ ਜਿਨ੍ਹਾਂ ਦੀ ਰਚਨਾਵਾਂ ਨੂੰ ਤੁਸੀਂ ਬੜੇ ਪਿਆਰ ਨਾਲ ਸਰਵਣ ਕੀਤਾ ਸੁਣਿਆ ਔਰ ਰਚਨਾਵਾਂ ਦਾ ਲੇਖਣ ਵੀ ਤੁਹਾਡੇ ਰੂਬਰੂ ਹੋਇਆ ਹਰ ਇਨਸਾਨ ਆਪਣੀ ਕਲਾ ਨੂੰ ਬੜੇ ਸੁਚੱਜੇ ਢੰਗ ਨਾਲ ਨਿਖਾਰ ਕੇ ਅਤੇ ਪੰਜਾਬੀ ਵਿਰਸੇ ਨੂੰ ਸੇਧ ਦਿੰਦਾ ਇਹ ਸੇਧ ਦੇਣ ਵਾਲੀਆਂ ਰਚਨਾਵਾਂ ਜੋ ਕਿ ਤੁਹਾਡੇ ਰੂਬਰੂ ਕੀਤੀਆਂ ਸੋ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਰੂਬਰੂ ਕਰਾਂਗੇ ਬਹੁਤ ਸਾਰੇ ਪਿਆਰੇ ਪਿਆਰੇ ਫਨਕਾਰ ਅਤੇ ਪਿਆਰੇ ਪਿਆਰੇ ਕਲਾਕਾਰ ਕੁਝ ਇਸੇ ਤਰ੍ਹਾਂ ਦੇ ਵਣਜਾਰੇ ਜੋ ਤੁਹਾਡੇ ਰੂਬਰੂ ਆਪਣੀ ਕਲਾ ਨੂੰ ਪ੍ਰਦਰਸ਼ਿਤ ਕਰਦੇ ਰਹਿਣਗੇ ਤੁਸੀਂ ਬਣੇ ਰਹੋ ਸਾਡੇ ਨਾਲ ਜੀ ਸੈਂਟ ਸੋਲਜਰ ਟਾਈਮ ਦੇ ਵਿੱਚ